साको ले लिया ठीक है ना आ जाए भी दिते रोंदे वास्ते तुसी दुआ करनी टोपिया वाले सारे ही है टोपिया वाले डिगण फिर छत है उम्मीद करने सारे बिल्कुल ठीक ठाक हो गए अल्हम्दुलिल्लाह असि बिल्कुल ठीक ठाक है और तबीयत माशाल्लाह आज काफी अच्छी मेरी तबीयत है कि राती तो काफी सिर में दर्द रही है लेकिन हुण अल्लाह का शुक्र है गोलियां शोलियां लईयां ते ठीक हो गई तबीयत बाकी मम्मा दा लीन राती काफी बुखार रहा हाँ ते हुण जिहड़ा ना तकरीबन ठीक है ना भाई ठीक है ना हुण ते हुण जिहड़ा तैयारी श्यारी वट के कपड़े जिहड़े ने कल बाजी दे गया बच्चियां नूं देवण चले आ ते नाले उन्हां दी खैर खबर लै आउंदे आ ते वीडियो ना लेना और बाकी असी उम्मीद करने कि तुसी सारे बिल्कुल ठीक ठाक होवोगे ते अल्लाह पाक सारे नूं हमेशा तंदुरुस्त रखे सलामत रखे और अल्लाह पाक कदे भी किसी नूं कोई परेशानी ना देवे जो बीमार ने अल्लाह पाक उन्हां नूं सेहत तंदुरुस्ती अता फरमावे ते आओ अज दा व्लॉग स्टार्ट करदे आं आसिया ने अपने बूट दे छड्डे आ मेरे हल्ले कहिं दित्ते नी सर्दी डकनी नुमाइश जाना चलो कपड़े शपड़े चलिए दे आईए बच्चियां नूं क्योंकि उन्हां कोल कपड़े शपड़े कोई नहीं हैगे ਦੁੱਧ ਤੁਸੀਂ ਅੰਦਾਜ਼ਾ ਲਗਾ ਸਕਦੇ ਦੁੱਧ ਜਿਹੜੀ ਕਾਫੀ ਹੁੰਦੀ ਤੇ ਹੁਣ ਵੀ ਟਾਈਮ ਜਿਹੜਾ ਤਕਰੀਬਨ 10:30 ਦਾ ਹੋ ਚੁੱਕਿਆ ਲੇਕਿਨ ਅਜੇ ਤੱਕ ਦੁੱਧ ਲਵਾਉਣ ਦਾ ਨਾਂ ਹੀ ਨਹੀਂ ਲੈ ਰਹੀ ਬਿਲਕੁਲ ਸੂਰਜ ਜਿਹੜਾ ਨਾ ਕਿਸੇ ਪਾਸੇ ਦੀ ਨਜ਼ਰ ਆ ਰਿਹਾ ਤੇ ਠੰਡ ਵੀ ਜਿਹੜੀ ਹੈ ਨਾ ਬੇਇੰਤਿਹਾ ਹੈਗੀ ਤਾਂ ਹੀ ਅਸੀਂ ਆਖਿਆ ਵੀ ਜਿਹੜਾ ਬੱਚਿਆਂ ਨੂੰ ਚਲੋ ਕੱਪੜੇ ਜੁੱਤੇ ਦੇ ਯਾਰ थोड़ी घट हो जाती लेकिन जब बाहर रस्ते निकलने उदो ज्यादा हो जाती राजी हो रही है देखो वेखो वेखो हां जुतियां ते हर शाय होर बुढ़िया की हाल है मान लो है भाई खाई वाला खुश हो रहे ने कपड़े भी आंदे हैं आओ वेख पर नवे पर कपड़े ही दे कपड़े भी नवे आए और शापर सारे नवे कपड़े टोपिया वाले सारे ही है टोपिया वेख दी जा ऐसा कोई नहीं लिया ठीक है ना आ जाए भी दिते रोंदे वास्ते तुसी दुआ करनी हां टोपिया दो टोपिया जराबा बतेरा कुछ है बाहर सटे हां जी जिक्रा रानी की कर रही चाह पका पी ला चाह पकान हो गई गैस मुक जा सी तुहाडा चाह रहन देनी है की करनी है सर्दी हुण काकी नूं ना कपड़े तो पवाए करने सही है ना काकी नूं ठाड़ नहीं लगन देनी बाहर उन्हूं काट कढ़िया करो सही है ना आहो अच्छा जिक्रा बेटा उहदा तू परेशान होंदी पई ऐ कि बच्ची कोल कपड़े कोई नहीं अल्लाह पाक ने दित्ते हैं ना हुण तां बतेरे हैं ना कपड़े हुण कपड़े मुकदे ही नहीं मैं तां नहीं आवे ते बनाए कि ना कि
ਪੱਕਾ ਕਮਰਾ ਪਾ ਰਹੇ ਮੇਰੇ ਕੋਲ ਕੱਚਾ ਨਹੀਂ ਲੈਂਦੀ ਨਾ ਮੰਮੀ ਹੁੰਦੀ ਆ ਜੋ ਲੈਂਬ ਲੈਂਦੀ ਆ ਮੇਰੇ ਕੋਲ ਨਹੀਂ ਲੈਂਦੀ ਓਏ ਹੋਏ ਮੇਰਾ ਬੱਚਾ ਮੇਰੇ ਕੋਲ ਤਾਂ ਹਿੰਮਤ ਹੁੰਦੀ ਤਾਂ ਮੈਂ ਜ਼ਰੂਰ ਪਵਾ ਦਿੰਦਾ ਕਮਰਾ ਵੇਖ ਸਾਰੇ ਕੱਚੇ ਕਮਰੇ ਤੇ ਯਕੀਨ ਕਰੋ ਬੜਾ ਦਿਲ ਦੁਖਦਾ ਪਿਆ ਮੇਰੇ ਕੋਲ ਗੁੰਜਾਇਸ਼ ਹੁੰਦੀ ਨਾ ਮੇਰਾ ਪੁੱਤਰ ਮੈਂ ਜ਼ਰੂਰ ਪਵਾ ਦਿੰਦਾ ਮੈਂ ਬੇਟੇ ਨੂੰ ਬਹਰਹਾਲ ਅੱਲਾ ਪਾਕ ਮਦਦ ਕਰ ਸੀ ਤੁਹਾਡੀ ਸਹੀ ਹੈ ਨਾ ਪਰੇਸ਼ਾਨ ਨਹੀਂ ਹੋਣਾ ਅੱਲਾ ਪਾਕ ਤੇ ਅੱਛੀ ਉਮੀਦ ਰੱਖੋ ਤੁਸੀਂ ਇਨਸ਼ਾਅੱਲਾ ਅੱਲਾ ਪਾਕ ਬਿਹਤਰ ਕਰੇਗਾ ਤੇ ਛੱਤਾਂ ਦੇ ਉੱਤੇ ਪਾਇਆ ਹੋਇਆ ਕੀ ਹੈ ਲੱਕੜੀ ਆਣ ਕੇ ਕੀ ਛਪਾਈਆਂ ਲੱਕੜੀ ਤੇ ਕਾਨੇ ਆ ਆਖ ਵਿਖਾ ਮੈਨੂੰ ਆਏ ਵਿਖਾ ਪਹਿਲੇ ਕਮਰੇ ਚਲੋ ਕੋਈ ਤਾਂ ਕੋਈ ਨਾ ਕੰਮ ਦੀ ਹੋਸੀ ਨਾ ਛੱਤ ਕਿ ਸਾਰੀਆਂ ਐਵੇਂ ਆ ਓਏ ਹੋਏ ਹਾਏ ਵੇਖੋ ਜੀ ਕਾਫੀ ਯਾਨੀ ਕਿ ਡੈਮੇਜ ਹੋਈਆਂ ਪਈਆਂ ਹੈ ਤਾਂ ਉਂਝ ਡਿੱਗਣ ਨੂੰ ਫਿਰਦੀ ਹੈ ਛੱਤ ਹੈ ਐ ਮੋਰੇ ਹੋਏ ਪਏ ਕੀ ਅੱਬੂ ਆਂਦਾ ਨਹੀਂ ਡਿੱਗਦੀ ਅੱਬੂ ਵਿਚਾਰੇ ਨੂੰ ਕੀ ਪਤਾ ਸਾਰੇ ਮੋਰੀਆਂ ਹੀ ਮੋਰੀਆਂ ਹੋਈਆਂ ਪੀਣਾ ਹੈ ਇਹ ਤਾਂ ਹੁਣੇ ਚੋਵਾਂ ਨੂੰ ਫਿਰਦੇ ਨੇ ਮੁੜੋ ਬਾਅਦ ਕੀ ਬਣਸੀ ਹੈ ਕੋਈ ਨਹੀਂ ਬਹਰਹਾਲ ਅੱਲਾ ਪਾਕ ਕਰਮ ਕਰਸੀ ਹੋਰ ਹੈ ਦੂਸਰਾ ਕਮਰਾ ਐ ਤਾਂ ਕੋਈ ਥੋੜ੍ਹੀ ਜਿਹੀ ਵੱਲ ਲੱਗਦੀ ਹੈ ਉਹਦੇ ਨਾਲ ਹੈ ਨਾ ਪਰ ਇਹਦੇ ਸਮਾਨ ਹੀ ਡਿੱਗ ਪਿਆ ਹੈਗਾ ਇਹਦੇ ਰਹਿਣ ਸਹਿਣ ਦੀ ਜਗ੍ਹਾ ਕੋਈ ਨਹੀਂ ਇੱਥੇ ਕੌਣ ਸੌਂਦਾ ਅੱਬੂ ਸੌਂਦਾ ਸਹੀ ਹੈ ਐ ਤਕਰੀਬਨ ਕੋਠੜੀ ਜੀ ਹੈਗੀ ਤੁਹਾਡੀ ਅੱਗ ਵਾਲੀ ਇਹ ਵੀ ਕੱਚੀ ਬਹਰਹਾਲ ਬਸ ਦਿਨ ਹੁੰਦੀ ਆਏਗੀ ਭੈਣ ਤੇ ਉਹ ਸੰਭਾਲ ਲੈਂਦੀ ਹੈ ਨਿੱਕੀ ਜਾਨ ਹੈਗੀ ਵਿਚਾਰੀ ਕਿਵੇਂ ਵੇਖੋ ਸੰਭਾਲਦੀ ਹੈਗੀ ਇਨਸ਼ਾਅੱਲਾ ਅੱਲਾ ਪਾਕ ਬਿਹਤਰ ਕਰਸੀ ਅੱਲਾ ਪਾਕ ਨੇ ਚਾਹਿਆ ਨਾ ਤੇ ਕਮਰਾ ਵੀ ਜ਼ਰੂਰ ਤੁਹਾਨੂੰ ਅੱਲਾ ਜ਼ਾਤ ਪਾਕ ਕੋਈ ਨਾ ਕੋਈ ਸਬਬ ਲਾ ਦੇਸੀ ਹੈ ਹਾਂ ਤੁਸੀਂ ਪਰੇਸ਼ਾਨ ਨਾ ਹੋਵੋ ਅੱਲਾ ਜ਼ਾਤ ਪਾਕ ਬਿਹਤਰ ਕਰਸੀ ਇਨਸ਼ਾਅੱਲਾ ਇਹ ਕਿਹਦੇ ਜਾਊ ਹੁਣ ਪਤੀਸੇ ਖਾਂਦਾ ਹੈ ਗਿਆ ਤਾਂ ਚੰਗਾ ਬੇਟਾ ਅਸੀਂ ਚੱਲਦੇ ਹਾਂ ਅਤੇ ਇਹ ਦਸਤਾਨੇ ਤੈਨੂੰ ਪੂਰੇ ਆ ਗਏ ਅਤੇ ਪਰੇਸ਼ਾਨ ਨਾ ਹੋ ਇਨਸ਼ਾਅੱਲਾ ਅੱਲਾ ਪਾਕ ਬਿਹਤਰ ਕਰਸੀ ਚਲੋ ਬਹਰਹਾਲ ਅਸੀਂ ਚੱਲਦੇ ਹਾਂ ਅਤੇ ਅੱਲਾ ਜ਼ਾਤ ਪਾਕ ਕਰਮ ਕਰਸੀ ਔਰ ਅਸੀਂ ਗਰਮ ਕਰਕੇ ਖਾਣ ਲੱਗੇ ਚਾਵਲ ਜਿਹੜੇ ਕੱਲ ਵਾਲੇ ਬੱਚੇ ਹੋਏ ਦੁਪਹਿਰ ਟਾਈਮ ਔਰ ਯਕੀਨ ਕਰ ਜੋ ਤਿੰਨ ਦਿਨਾਂ ਤੋਂ ਅਲੀ ਨੇ ਕੋਈ ਚੀਜ਼ ਨਹੀਂ ਸਿਖਾਦੀ ਅੱਜ ਜਿਹੜਾ ਇਹਨੂੰ ਲੱਗਾ ਹੋਇਆ ਖਾਣ ਚਾਵਲ ਅੱਜ ਕੋਈ ਥੋੜ੍ਹੀ ਤਬੀਅਤ ਸੰਭਲੀ ਸੂ ਅਤੇ ਚਾਵਲ ਜਿਹੜੇ ਨੂੰ ਖਾ ਰਿਹਾ ਔਰ ਇੱਧਰ ਸਾਡੀ ਚਾਹ ਜਿਹੜੀ ਨਾ ਉਬਾਲੇ ਅਤੇ ਉਬਾਲਾ ਆ ਹੀ ਜਾ ਰਿਹਾ ਥੱਲੇ ਕਰਾਂ ਫੂਕੇ ਮਾਰੋ ਫੂਕੇ ਮਾਰੋ ਚਾਹ ਉੱਪਰ ਆਈ ਹੈ ਅਸੀਂ ਅੱਜ ਸ਼ਾਮ ਟਾਈਮ ਫਿਰ ਬਣਾ ਰਹੇ ਹਾਂ ਜੀ ਆਲੂ ਮਟਰਾਂ ਵਾਲੇ ਚਾਵਲ ਕਿਉਂਕਿ ਅਗਲੇ ਮੁੱਕ ਗਏ ਹਨ ਦੁਪਹਿਰ ਹੀ ਤੇ ਫਿਰ ਇਸ ਆਖਿਆ ਜਿਹੜਾ ਨਾ ਚਾਵਲ ਬਣਾ ਦਿਓ ਆਲੂ ਮਟਰਾਂ ਵਾਲੇ ਚਲੋ ਜੋ ਕਾਕਾ ਆਖੇ ਉਹ ਅਸਾਂ ਉਹ ਹੀ ਖਾਣਾ ਹੈ ਖਾਲੀ ਚਾਵਲ ਤੇ ਜ਼ਿਆਦਾ ਦਿਲ ਕਰਦਾ ਆਲੂ ਮਟਰਾਂ ਵਾਲੇ ਚਾਵਲ ਅੱਲਾ ਕੜਵਾਂ ਦਾ ਜ਼ਿਆਦਾ ਦਿਲ ਕਰਦਾ ਅੱਜ ਦੀ ਵੀਡੀਓ ਇੱਥੇ ਐਂਡ ਕਰਨੇ ਆ ਇਨਸ਼ਾਅੱਲਾ ਨਵੀਂ ਵੀਡੀਓ 'ਚ ਹੁੰਦੀ ਰਹੇਗੀ ਮੁਲਾਕਾਤ ਜਿੰਦੇ ਵਸਦੇ ਰਹੇ ਤਾਂ ਬਾਕੀ ਦੁਆਵਾਂ ਸਭ ਯਾਦ ਰੱਖਣਾ ਅਤੇ ਇਜਾਜ਼ਤ ਚਾਹੁੰਦੇ ਹਾਂ ਹੱਸਦੇ ਮੁਸਕਰਾਉਂਦੇ ਹਾਂ ਅੱਲਾ ਹਾਫਿਜ਼ ਅੱਲਾ ਨਿਗਹਿਬਾਨ ਅੱਗ ਲਾ ਕੇ ਨਾ ਅੱਗ ਨਾ ਇਸ ਤਰ੍ਹਾਂ ਲਾ ਹਾਂ ਅੱਲਾ ਸੋਹਣੇ ਦੇ ਵਾਲੇ